ਬਠਿੰਡਾ ਦੇ ਥਰਮਲ ਦੇ ਨੇੜੇ ਰੇਲਵੇ ਟਰੈਕ 'ਤੇ ਕੰਮ ਕਰ ਰਹੇ ਟਰੈਕਮੈਨ ਅਤੇ ਸਾਥੀ ਟਰੈਕਮੈਨ ਵੱਲੋਂ ਕੀਤਾ ਗਿਆ ਪੱਥਰਾਂ 'ਤੇ ਨਕੀਲੀਆਂ ਚੀਜ਼ਾਂ ਦੇ ਨਾਲ ਹਮਲਾ। ਜ਼ਖਮੀ ਸਿਵਲ ਹਸਪਤਾਲ ਵਿਖੇ ਦਾਖਲ। ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਟਰੈਕਮੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦਾ ਸਾਥੀ ਇੱਕ ਟਰੈਕਮੈਨ ਜੋ ਉਸ ਤੋਂ ਜੂਨੀਅਰ ਹੈ ਅਤੇ ਉਹ ਉਸ ਨੂੰ ਅਕਸਰ ਹੀ ਗਾਲੀ ਗਲੋਚ ਕਰਦਾ ਰਹਿੰਦਾ। ਪਹਿਲਾਂ ਵੀ ਉਸਦੇ ਨਾਲ ਝਗੜਾ ਹੋਇਆ, ਪੁਰਾਣੇ ਝਗੜੇ ਦੇ ਚੱਲਦੇ ਅੱਜ ਫਿਰ ਉਸਦੀ ਕੁੱਟਮਾਰ ਕੀਤੀ ਗਈ, ਜਿਸ ਨੂੰ ਨਾਲ ਦੇ ਸਾਥੀਆਂ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮੇਰਾ ਨਾਮ ਰਜਿੰਦਰ ਕੁਮਾਰ ਹੈ ਜੀ। ਕਿੱਥੇ ਲੜਾਈ ਹੋਈ? ਇਹ ਡਿਊਟੀ 'ਤੇ ਲੜਾਈ ਹੋਈ ਹੈ ਥਰਮਲ ਕੋਲ ਔਨ ਦਾ ਸਪੋਟ ਜੀ। ਕੀ ਕੰਮ ਕਰਦੇ ਸੀ? ਮੈਂ ਰੇਲਵੇ 'ਚ ਟਰੈਕ ਮੇਨਟੇਨਰ ਹਾਂ ਜੀ। ਕੀ ਮਾਮਲਾ ਹੋਇਆ? ਮਾਮਲਾ ਜੀ, ਕਈ ਦਿਨਾਂ ਤੋਂ ਜੀ ਧਮਕੀਆਂ ਦੇ ਰਿਹਾ ਜੀ, ਪਰੇਸ਼ਾਨ ਕਰ ਰਿਹਾ ਜੀ। ਕੌਣ ਬੰਦਾ? ਇਹ ਬਲਰਾਜ ਹੈ ਜੀ, ਮੇਰੇ ਨਾਲ ਦਾ ਮੁਲਾਜ਼ਮ ਹੈ, ਜੂਨੀਅਰ ਹੈ ਸਾਡੇ ਤੋਂ ਜੀ। ਪਿਛਲੀ ਵਾਰ ਵੀ ਇਹਨੇ ਤਾਂ ਮੇਰੇ 'ਤੇ ਹੱਥ ਚੁੱਕਿਆ ਸੀ, ਮਾਰੇ ਸੀ ਮੇਰੇ ਬੁੰਮ ਸੱਟਾਂ ਜੀ। ਅਤੇ ਪਿਛਲੀ ਤਰ੍ਹਾਂ ਕਿਸੇ ਤਰ੍ਹਾਂ ਮੇਰੇ ਜਾਣਕਾਰ ਬੰਦਿਆਂ ਨੂੰ ਇਹਨੇ ਵਿੱਚ ਪਾ ਕੇ ਮੇਰੇ ਨਾਲ ਰਾਜ਼ੀਨਾਮਾ ਧੱਕੇ ਨਾਲ ਮੇਰੇ ਨਾਲ ਕਰਾ ਲਿਆ। ਅਤੇ ਹੁਣ ਕਈ ਦਿਨਾਂ ਤੋਂ ਪਰੇਸ਼ਾਨ ਕਰ ਰਿਹਾ ਸੀ, ਚਾਤੀ ਦੀ ਧਮਕੀ ਦਿੰਦਾ ਸੀਗਾ ਜੀ, ਗਾਲਾਂ ਮਾਂ ਪੈ ਜਾਂਦੀਆਂ ਜੀ, ਐਬਸੈਂਟ ਅੱਜ ਡਿਊਟੀ 'ਤੇ ਐਬਸੈਂਟ ਲਾਉਣ ਦੀ ਧਮਕੀ ਦੇ ਰਿਹਾ ਸੀਗਾ। ਮੈਂ ਸੀਨੀਅਰ ਹਾਂ ਜੀ, ਸੀਨੀਅਰ ਹੋਣ ਦੇ ਕਾਰਨ ਗੈਂਗ 'ਚ ਜਮਾਂਦਾਰੀ ਮੇਰੇ ਕੋਲ ਹੋਣੀ ਚਾਹੀਦੀ ਹੈ ਜੀ। ਅਤੇ ਪਿਛਲੇ ਕਈ ਦਿਨਾਂ ਤੋਂ ਇਹ ਲਗਾਤਾਰ ਇਹਨੂੰ ਆਰਾਮਦਾਰੀ ਦੀ ਡਿਊਟੀ ਮਿਲ ਰਹੀ ਹੈ ਜੀ, ਗੇਟਾਂ 'ਤੇ ਕਰ ਰਿਹਾ ਡਿਊਟੀ, ਅਤੇ ਜਦੋਂ ਵੀ ਗੈਂਗ 'ਚ ਆਉਂਦਾ ਉਦੋਂ ਪਾਣੀ ਦਾ ਦੀ ਢੋਲੀ ਚੱਕ ਲੈਂਦਾ ਜੀ ਪਾਣੀ 'ਤੇ। ਅਤੇ ਜਮਾਂਦਾਰ ਨਾਲ ਅਤੇ ਜੇਈ ਨਾਲ ਰਲਿਆ ਹੋਇਆ ਜੀ, ਜਮਾਂਦਾਰ ਫਰਜ਼ੀ ਹਾਜ਼ਰੀਆਂ ਲਾਉਣ ਵਿੱਚ ਇਹਦੀ ਆਡੀਓ ਵਾਇਰਲ ਹੋਈ ਸੀਗੀ ਜੀ, ਅਤੇ ਉਹਨੂੰ ਬਲੈਕਮੇਲ ਕਰਕੇ ਪੂਰਾ ਬੈਨੀਫਿਟ ਲੈ ਰਿਹਾ ਜੀ, ਜਮਾਂਦਾਰ ਤੋਂ ਫਰਜ਼ੀ ਹਾਜ਼ਰੀਆਂ ਲਵਾ ਰਿਹਾ ਜੀ। ਕਿੰਨੇ ਬੰਦੇ ਸੀ ਅੱਜ ਕੁੱਟਣ ਵਾਲੇ? ਇਹ ਇਕੱਲਾ ਹੀ ਸੀਗਾ ਜੀ, ਮੈਨੂੰ ਮਾਰਨ ਆਇਆ ਸੀ, ਮਾਂ ਭੈਣ ਦੀ ਗਾਲਾਂ ਕੱਟ ਰਿਹਾ ਸੀਗਾ। ਤੇ ਮੇਰੇ ਰੋਡ ਦੇ ਡਲੇ ਮਾਰੇ ਅਤੇ ਨੁਕੀਲੀ ਚੀਜ਼ਾਂ ਨਾਲ ਹਮਲਾ ਕੀਤਾ ਜੀ, ਮੇਰੇ ਤੋਂ ਸਰੀਰ 'ਤੇ ਝੀਟ ਆਪਣੇ ਆਪ ਇੰਜਰ ਹੋਇਆ ਜੀ। ਇਹਨੇ